ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣ ਏਟੀਐਮ ਚੋਂ ਕੈਸ਼ ਕਢਵਾਉਣ ਵਾਲਿਆਂ ਨੂੰ ਲੱਗੇਗਾ ਬਹੁਤ ਵੱਡਾ ਝਟਕਾ ਲੋਕਾਂ ਨੂੰ ਪੈ ਗਈ ਚਿੰਤਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਜੇਕਰ ਤੁਸੀਂ ਵੀ ਬੈਂਕ ਦਾ ਏਟੀਐਮ ਯੂਜ਼ ਕਰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਯਸਰ ਜ਼ਰੂਰ ਲਿਖੋ ਸੋ ਦੇਸ਼ ਭਰ ਦੇ ਸਾਰੇ ਵੱਡੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਏਟੀਐਮ ਕੈਸ਼ ਕਢਵਾਉਣ ਨੂੰ ਲੈ ਕੇ ਬਦਲਾਅ ਕੀਤੇ ਹਨ ਹੁਣ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਨਿਧਾਰਤ ਏਟੀਐਮ ਤੋਂ ਵੱਧ ਨਗਦ ਹੀ ਕਢਵਾਉਣ ਤੇ ਬਾਧੂ ਖਰਚੇ ਦੇਣੇ ਪੈਣਗੇ ਫੀਸ 20 ਤੋਂ 22 ਰੁਪਏ ਕਰ ਦਿੱਤੀ ਜਾਵੇਗੀ ਜੀ ਮੁਫਤ ਦੇ ਵਿੱਚ ਤੁਸੀਂ ਸਿਰਫ 3 ਟ੍ਰਾਂਜੈਕਸ਼ਨ ਵਿਡਰਾਵਲ ਕਰ ਸਕਦੇ ਹੋ ਜੀ ਵਿੱਤੀ ਅਤੇ ਗੈਰ ਵਿੱਤੀ ਸੇਵਾਵਾਂ ਵਿੱਚ ਸ਼ਾਮਲ ਨੇ ਆਮ ਤੌਰ ਤੇ ਇੱਕ ਮਹੀਨੇ ਵਿੱਚ ਤਿੰਨ ਲੈਣ-ਦੇਣ ਮੁਫਤ ਹੁੰਦੇ ਨੇ ਇਸ ਤੋਂ ਬਾਅਦ ਵੱਖ-ਵੱਖ ਬੈਂਕਾਂ ਦੇ ਨਿਯਮ ਤੇ ਚਾਰਜ ਲਾਏ ਗਏ ਹਨ 21 ਰੁਪਏ ਪ੍ਰਤੀ ਲੈਣ-ਦੇਣ ਦੀ ਫੀਸ ਆਜੀ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਿਛਲੇ ਸਾਲ ਇੱਕ ਸਰਕੂਲਰ ਦੇ ਵਿੱਚ ਕਿਹਾ ਸੀ ਕਿ ਮਹੀਨੇਵਾਰ ਮੁਫਤ ਲੈਣ-ਦੇਣ ਤੇ ਪੈਸੇ ਕਢਵਾਉਣ ਤੇ ਪ੍ਰਤੀ ਲੈਣ-ਦੇਣ 21 ਰੁਪਏ ਦੀ ਫੀਸ ਵਸੂਲੀ ਜਾਵੇਗੀ ਨਵੇਂ ਨਿਯਮ 1 ਜਨਵਰੀ 2022 ਨੂੰ ਲਾਗੂ ਹੋਏ ਸੀ ਵੱਡੇ ਬੈਂਕਾਂ ਨੇ ਏਟੀਐਮ ਲੈਣ ਦੇਣ ਦੀਆਂ ਸੀਮਾਵਾਂ ਦੇ ਵਿੱਚ ਖਰਚਾਂ ਬਾਰੇ ਜਾਣਕਾਰੀ ਕੀਤੀ ਆ ਐਸਬੀਆਈ ਪੀਐਨਬੀ ਐਚਡੀਐਫਸੀ ਤੇ ਆਈਸੀਆਈਸੀਆਈ ਬੈਂਕ ਐਕਸਿਸ ਬੈਂਕ ਸ਼ਾਮਲ ਨੇ ਸੋ ਦੋਸਤੋ ਹੁਣ ਤੁਸੀਂ ਤਿੰਨਾਂ ਤੋਂ ਵੱਧ ਕਢਾਓਗੇ ਤਾਂ 21 ਦਿਨਾਂ ਦੇ 22 ਰੁਪਏ ਪਰ ट्रांजैक्शन ਪਲੱਸ ਜੀਐਸਪੀ ਦੇਣਾ ਪਵੇਗਾ ਧੰਨਵਾਦ